ਅਤੇ ਧਰਮ ਪ੍ਰਚਾਰ ਕਮੇਟੀ ਇਹਦੇ 'ਤੇ ਸਾਰਾ ਮਸ਼ਵਰਾ ਕਰਨ ਤੋਂ ਬਾਅਦ ਭਗਵੰਤ ਮਾਨ CM ਸਾਹਿਬ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਆ ਕਿ ਆਪਣੀ ਮਰਿਆਦਾ ਦੇ ਵਿੱਚ ਰਹੋ। ਉਹ ਮਰਿਆਦਾ ਕੀ, ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਆ, ਉਹ ਤੁਹਾਡਾ ਕਾਰਜ ਖੇਤਰ ਆ। ਧਰਮ ਨੂੰ ਛੱਡ ਕੇ, ਭਾਵੇਂ ਧਰਮ ਵੀ ਉਹਦਾ ਹਿੱਸਾ ਆ, ਪਰ ਦੂਸਰੇ ਖੇਤਰਾਂ ਦੇ ਵਿੱਚ ਸੇਵਾ ਪਾਉਣੀ। ਪਰ ਜਿਹੜਾ ਤੁਸੀਂ ਕੱਲ੍ਹ ਇਹ ਇੱਕ ਬੜਾ ਵੱਡਾ ਯਤਨ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਟਾਂਚ ਦੇ ਰੂਪ ਦੇ ਵਿੱਚ ਇਹ ਜਿਹੜਾ ਟਵੀਟ ਤੁਸੀਂ ਪਾਇਆ, ਇਹ ਬਹੁਤ ਵੱਡੀ ਤੁਸੀਂ ਮਰਿਆਦਾ ਦੀ ਉਲੰਘਣਾ ਕੀਤੀ ਆ। ਕਿਉਂਕਿ ਆਮ ਤਖਤ ਜਿਹੜੇ, ਚਾਹੇ ਸਰਕਾਰਾਂ 5 ਸਾਲ ਬਾਅਦ ਬਦਲ ਜਾਂਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਵਾਲੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜ਼ਿਆਦਾ ਇਸ ਤਖਤ ਦੇ ਉੱਤੇ ਮੀਰੀ ਅਤੇ ਪੀਰੀ ਦਾ ਸਿਧਾਂਤ ਚਲਾਇਆ। ਇਸ ਸਿਧਾਂਤ ਨੂੰ ਬਰਕਰਾਰ ਰੱਖਣ ਲਈ ਸਮੇਂ ਸਮੇਂ ਅਨੁਸਾਰ ਜਥੇਦਾਰ ਸਾਹਿਬਾਨ ਉਹਨਾਂ ਦੀ ਅਗਵਾਈ ਕਰਦੇ ਰਹੇ ਅਤੇ ਕਈ ਸ਼ਹੀਦੀਆਂ ਵੀ ਪਾ ਗਏ। ਅਤੇ ਇਹ ਉਹ ਤਖਤ ਆ ਜਿੱਥੇ ਕੌਮ ਦੀ ਕੋਈ ਦੁੱਖ ਦੀ ਰੱਗ ਜਾਂ ਕੌਮੀ ਮਸਲਾ ਆਵੇ ਤਾਂ ਉਹਨੂੰ ਡਿਸਕਸ ਕੀਤਾ ਜਾਂਦਾ। ਸਿੰਘ ਸਾਹਿਬ ਨੇ ਉਹ ਇੱਕ ਮੀਟਿੰਗ ਸੱਦੀ ਸੀ, ਜਿਹੜੇ ਸੱਦੇ ਪੱਤਰ ਭੇਜੇ ਉਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਵਿੱਚੋਂ ਸੱਦੇ ਪੱਤਰ ਭੇਜੇ। ਪਰ ਮੈਂ ਕਹਿੰਦਾ ਲਾਹਣ 'ਤੇ ਆ ਕਿ ਉਹ ਟਵਿੱਟਰ ਵੀ ਜਿਹੜਾ ਉਹਨਾਂ ਦਾ ਅੱਜ ਬੰਦ ਕਰ ਦਿੱਤਾ ਗਿਆ। ਕੀ ਇਹ ਸਰਕਾਰ ਦੀ ਕੋਈ ਲੁਕਵੇਂ ਤੌਰ 'ਤੇ ਏਜੰਡਾ ਆ ਕਿ ਪ੍ਰੈਸ, ਜਿਹਨੂੰ ਆਪਾਂ ਡੈਮੋਕ੍ਰੇਸੀ ਦਾ ਚੌਥਾ ਥੰਮ ਮੰਨਦੇ ਹਾਂ, ਅਤੇ ਉਹਦੇ ਉੱਤੇ ਅੱਜ ਮੈਂ ਸਮਝਦਾ ਜਿਸ ਢੰਗ ਦੇ ਨਾਲ ਅਟੈਕ ਕੀਤਾ ਜਾ ਰਿਹਾ, ਇਹ ਅੱਜ ਸਮੁੱਚੀ ਕੌਮ ਨੂੰ ਫਿਰ ਦੁਬਾਰਾ ਸੋਚਣ ਦਾ ਇਹ ਸਮਾਂ ਆ ਗਿਆ। ਪਰ ਮੁੱਖ ਮੰਤਰੀ ਸਾਹਿਬ, ਇਹ ਜਿਹੜਾ ਤੁਸੀਂ ਇਵੇਂ ਟਵੀਟ ਕਰਕੇ ਸ਼ਾਇਦ ਇਹ ਸੋਚਦੇ ਹਾਂ ਕਿ ਇਹ ਦੁਨਿਆਵੀ ਤਖਤ ਆ, ਕਿਸੇ ਦੇ ਅੱਗੇ ਝੁਕ ਜਾਊਗਾ, ਇਹ ਦੁਨਿਆਵੀ ਤਖਤ ਨਹੀਂ, ਇਹ ਮੀਰੀ ਪੀਰੀ ਦੇ ਮਾਲਕ ਧੁਰ ਦਰਗਾਹ ਤੱਕ ਇਹਦੀ ਅਗਵਾਈ ਕਰਦੇ, ਉਹ ਇੱਟਾਂ ਦਾ ਕੋਈ ਇਹ ਤਖਤ ਨਹੀਂ, ਇਹ ਸਿਧਾਂਤ ਦਾ ਤਖਤ ਆ। ਅਤੇ ਇਸ ਸਿਧਾਂਤ ਨੂੰ ਝੁਕਾਉਂਦੇ ਝੁਕਾਉਂਦੇ ਲੰਬਾ ਅਰਸਾ ਇੱਥੋਂ ਦੇ ਜਿਹੜੇ ਉਸ ਵੇਲੇ ਮੁਸਲਮਾਨਾਂ ਦੇ ਹੁੰਦੇ ਸੀ ਆਪਣੇ ਬਾਦਸ਼ਾਹ, ਉਹ ਵੀ ਭਿੜਦੇ ਚਲੇ ਗਏ, ਪਰ ਤਖਤ ਸਾਹਿਬਾਨ ਦੀ ਮਰਿਆਦਾ ਉਦਾਂ ਹੀ ਰਹੀ। ਫਿਰ ਚਾਹੇ ਮੈਂ ਗੁਲਾਮੀ ਦੇ ਅਹਿਸਾਸ ਦੇ ਵਿੱਚ ਗੋਰਿਆਂ ਦੇ ਸਮੇਂ ਦੀ ਗੱਲ ਕਰ ਲਵਾਂ, ਉਹ ਵੀ ਝੁਕਦੇ ਪਰ ਤਖਤ ਨਹੀਂ ਝੁਕਿਆ, ਆਪ ਝੁਕ ਗਏ। ਅਤੇ ਅੱਜ ਜਿਹੜਾ ਆਪਾਂ ਇੱਦਾਂ ਦੀਆਂ ਗੱਲਾਂ ਕਰਕੇ ਸਮਾਜਿਕ ਤੌਰ 'ਤੇ ਸਿੰਘ ਸਾਹਿਬ ਨੂੰ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਹਾਂ, ਇਹ ਮੈਂ ਸਮਝਦਾ ਇਹ ਕੌਮੀ ਹਿੱਤਾਂ ਦੇ ਵਿੱਚ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਵਰੈਂਟੀ ਆਜ਼ਾਦ ਆ, ਉਹ ਆਜ਼ਾਦ ਉੱਥੇ ਨਿਸ਼ਾਨ ਸਾਹਿਬ ਝੁਲਦੇ ਆ, ਅਤੇ ਬਾਕੀ ਨਿਸ਼ਾਨ ਸਾਹਿਬ ਦੁਨੀਆ ਦੇ ਉੱਤੇ ਆਪਣੇ ਉਹਨਾਂ ਦੇ ਫਲੈਗ ਆ, ਅਤੇ ਇਹ ਫਲੈਗ ਨਹੀਂ, ਇਹ ਹੈਗੇ ਨਿਸ਼ਾਨ ਸਾਹਿਬ, ਜਿਹੜੇ ਨਾ ਦਿਨ ਨੂੰ ਥੱਲੇ ਮਤਲਬ ਇਹਨਾਂ ਨੂੰ ਕੀਤਾ ਜਾਂਦਾ ਅਤੇ ਨਾ ਰਾਤ ਨੂੰ, ਇਹ ਇੱਦਾਂ ਹੀ ਸਾਡੇ ਨਿਰੰਤਰ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਇਹ ਹਰ ਵੇਲੇ ਝੂਲਦੇ ਰਹਿੰਦੇ ਆ। ਸੋ ਮੈਂ ਸੱਤਾ ਦੇ ਨਸ਼ੇ ਦੇ ਵਿੱਚ ਇੱਦਾਂ ਦੇ ਕਾਰੋਬਾਰ ਨਾ ਕਰੀਏ, ਇੱਦਾਂ ਦੇ ਕਾਰਜ ਨਾ ਕਰੀਏ ਜਿਹੜੇ ਫਿਰ ਕਲੰਕ ਬਣ ਕੇ ਰਹਿ ਜਾਣਗੇ। ਸੋ ਅੱਜ ਇਹ ਸਾਰੇ ਧਰਮ ਪ੍ਰਚਾਰ ਦੀ ਕਮੇਟੀ ਨੇ ਇਹ ਅਹਿਸਾਸ ਕੀਤਾ ਕਿ ਪੰਥ ਦੀ ਇੱਕ ਮਰਿਆਦਾ ਆ, ਉਸ ਮਰਿਆਦਾ ਤਹਿਤ ਜਿਸਲੇ ਸ਼੍ਰੀ ਅਕਾਲ ਤਖਤ ਸਾਹਿਬ ਬੋਲਦਾ ਆ, ਉਹਦੇ ਬੋਲਣ ਦਾ ਮਤਲਬ ਹੈ ਕਿ ਸਮੁੱਚੀ ਕੌਮ ਬੋਲਦੀ ਆ। ਸੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜੀ ਤੁਸੀਂ ਇੱਕ ਮਜ਼ਾਕ ਦੇ ਰੂਪ ਦੇ ਵਿੱਚ ਉਹਨੂੰ ਚੁਣੌਤੀ ਦਿੱਤੀ ਆ, ਇਹ ਤਾਂ ਸਮੁੱਚੀ ਕੌਮ ਤੋਂ ਮਾਫ਼ੀ ਮੰਗੋ। ਅਤੇ ਇਸ ਕਰਕੇ ਕਿ ਉਸ ਤਖਤ ਦੀ ਇੱਕ ਮਰਿਆਦਾ ਆ, ਉਹ ਦੁਨਿਆਵੀ ਤਖਤ ਨਹੀਂ ਗਾ। ਸੋ ਇਹ ਅੱਜ ਦੀ ਕਮੇਟੀ ਦੇ ਵਿੱਚ ਇੱਕ ਜਿਹੜਾ ਸਾਡਾ ਇਹ ਫੈਸਲਾ ਹੋਇਆ। ਦੂਸਰਾ, ਕਿਉਂਕਿ ਸਾਡੇ ਅੰਮ੍ਰਿਤਧਾਰੀ ਬੱਚੇ ਜਿਹੜੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਆ, ਉਹ ਅਸੀਂ ਉਹਨਾਂ ਨੂੰ ਸਕੋਲਰਸ਼ਿਪ ਜੀਅਰਲੀ ਦਿੰਦੇ ਹਾਂ। ਪਹਿਲਾਂ ਅਸੀਂ ਮਾਝਾ ਜ਼ੋਨ ਦੇ ਵਿੱਚ 1,13,63,000 ਰੁਪਏ ਗੋਦਰਪੁਰ ਵਿਖੇ ਜਿੱਦਣ
ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਦੀ ਉੱਥੇ ਬਰਸੀ ਸੀ, ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਉਦਣ ਦਿੱਤੇ ਸੀ। ਅੱਜ ਇਸੇ ਸਥਾਨ ਦੇ ਉੱਤੇ 88,90,000 ਰੁਪਏ ਇਹ ਦੁਆਬਾ ਜ਼ੋਨ ਦੇ ਵਿੱਚ ਜਿਹੜੇ ਸਾਡੇ ਸਕੂਲ ਕਾਲਜ ਆਉਂਦੇ ਆ ਉਹਨਾਂ ਨੂੰ ਦਿੱਤੇ ਗਏ ਆ। ਔਰ ਇਹ ਤੋਂ ਇਲਾਵਾ ਹਾਲੇ ਮਾਲਵਾ ਜ਼ੋਨ ਦੇ ਵਿੱਚ ਅਸੀਂ ਪੈਸੇ ਜਿਹੜੇ ਆ ਉਹ ਵੀ ਦੇਣੇ ਆ। ਅਤੇ ਅੱਜ ਦੇ ਇਸ ਸਕਾਲਰਸ਼ਿਪ ਜਿਹੜੇ ਅਸੀਂ ਵੰਡੇ ਆ ਉਹਦੇ ਵਿੱਚ ਮਾਤਾ ਸੁੰਦਰੀ ਕਾਲਜ ਕਰਨਾਲ, ਉਹਦੇ ਵਿੱਚ ਕਪਾਲ ਮੋਚਨ ਜਮੁਨਾ ਨਗਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਖਾਲਸਾ ਕਾਲਜ ਪੰਜੋਖਰਾ ਸਾਹਿਬ, ਔਰ ਇਹਨਾਂ ਨੂੰ ਵੀ ਉਹ ਜਿਹੜੇ ਸਕਾਲਰਸ਼ਿਪ ਦੇ ਪੈਸੇ ਅੰਮ੍ਰਿਤਧਾਰੀ ਬੱਚਿਆਂ ਨੂੰ ਦਿੱਤੇ ਗਏ। ਇਹ ਤੋਂ ਇਲਾਵਾ ਜਿਹੜਾ ਸ਼ਿਗਲੀਗੜ੍ਹ ਭਾਈਚਾਰਾ ਹਰਿਆਣੇ ਦੇ ਵਿੱਚ ਰਹਿੰਦਾ, ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਉਹ 5,40,000 ਉਹ ਜਾ ਕੇ ਸਾਡੇ ਮੈਂਬਰ ਸਾਹਿਬਾਨ ਢਿੱਲੋਂ ਸਾਹਿਬ ਬੈਠੇ ਹਰਿਆਣੇ ਤੋਂ, ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਬੈਠੇ ਆ, ਉਹ ਸਾਰੇ ਜਿਹੜੇ ਆ ਉਹ ਉੱਥੇ ਜਾ ਕੇ ਉਹ ਤਸਲੀਮ ਕਰਨਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ 1397 ਬੱਚੇ ਸੀਗੇ ਜਿਨ੍ਹਾਂ ਨੂੰ ਅੱਜ ਇਹ ਸਕਾਲਰਸ਼ਿਪ ਦਿੱਤੇ ਗਏ ਆ। ਮੈਂ ਦੁਬਾਰਾ ਫਿਰ ਇਹ ਜਿਹੜਾ ਟਵੀਟਰ ਜਥੇਦਾਰ ਸਾਹਿਬ ਦਾ ਬੰਦ ਕੀਤਾ, ਇਹ ਮੈਂ ਸਮਝਦਾ ਕੁਝ ਹਥਿਆਰਾਂ 'ਤੇ ਅੱਜ ਸਰਕਾਰਾਂ ਆ ਗਈਆਂ। ਇਹ ਸਰਕਾਰਾਂ ਨੂੰ ਨਹੀਂ ਇਹਦੇ ਕਾਰਜ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਨਫ਼ਰਤ ਅਤੇ ਘਿਰਨਾ ਪੈਦਾ ਹੋਵੇ, ਚੰਗੇ ਮਾਹੌਲ ਸਿਰਜਣੇ ਚਾਹੀਦੇ ਆ। ਅੱਜ ਦਾ ਜਿਹੜਾ ਸਮਾਂ ਇਹ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਕਿਵੇਂ, ਜਿਵੇਂ ਇੱਕ ਬੰਦਾ ਚਵੱਚਾ ਚੱਕਿਆ 57 'ਚ ਕਲੰਦਰਾ ਬਣਾ ਕੇ ਅੰਦਰ ਭੇਜ ਦਿੱਤਾ, ਅਤੇ 57 ਕੀ ਹੁੰਦੀ ਆ ਵੀ ਉਹਨੂੰ ਆਪਾਂ ਮਚਾਲਕੇ ਦੇ ਉੱਤੇ ਰਿਲੀਜ਼ ਕਰ ਦਿੰਦੇ ਹੁੰਦੇ ਸੀ SDM ਸਾਹਿਬ, ਅੱਜ ਬੀਬੀ ਵੀ ਦਿੰਦੇ ਅੰਦਰ ਬੈਠੇ ਆ। ਸੋ ਸਾਰੇ ਹੀ ਜਿਹੜੇ ਬੇਦੋਸ਼ੇ ਵਿਚਾਰੇ, ਮੈਂ ਤਾਂ ਸਾਰੇ ਬੇਦੋਸ਼ੇ ਗਿਣਦਾ, ਕਿਉਂਕਿ ਜਿੰਨਾ ਚਿਰ ਕੋਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਨਾ ਚਿਰ ਬੇਦੋਸ਼ੇ ਹੁੰਦੇ। ਪਰ ਆ ਜਿਹੜੇ 57 ਦੇ ਵਿੱਚ ਜਿਹੜੇ ਇਮੀਡੀਏਟ ਚੱਕਿਓ ਆ, ਇਹ ਤਾਂ ਸਾਰੇ ਤੁਰੰਤ ਰਿਹਾਅ ਕਰਨੇ ਚਾਹੀਦੇ ਆ। ਬਾਕੀ ਅਸੀਂ ਅੱਜ ਕਮੇਟੀ ਦੇ ਵਿੱਚ ਇੱਕ ਬੈਠ ਕੇ ਗੁਫ਼ਤਗੂ ਵੀ ਕੀਤੀ ਆ, ਉਹਦਾ ਫਿਰ ਅਸੀਂ ਆਉਂਦੇ 1-2 ਦਿਨ ਦੇ ਵਿੱਚ ਕੋਈ ਪ੍ਰੋਗਰਾਮ ਲੀਕਾਂਗੇ। ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।